वाहिगुरु जी का खालसा वाहिगुरु जी की फतेह। अनमोल विचार चैनल विच आप सब जी का स्वागत है। अपनी अज की वीडियो का विषय है कि रात नू सौण वेले, भाव कि जो आप अपने दिन भर के सारे काम धंधे कर ले, जो असी अपनी जिंदगी दियां सारियां जिम्मेवारियां निभा लिया, जो रात नू सौना है बिस्तर के उपर आके आ एक काम करना है, तो यह एक काम करन दे नाल साडा भला हो सकता है, साडी जिंदगी नू एक चंगा राह मिल सकता है। तो यह केड़ा काम आ, किवें करना है, यह सारी गलबात आपां अज दी वीडियो दे विच करांगे। इस करके वीडियो नू पूरा अंत तक ध्यान दे नाल जरूर सुनियो जी। जेकर वीडियो तुहानू चंगी लगी तो फिर इसनू लाइक अते शेयर कर देना, अते नाल नाल कमेंट बॉक्स दे विच जाके वाहिगुरु जी जरूर लिख के आना। अते एक बेनती होर कि अपनी 7-8 मिनट दी वीडियो हुंदी आ, तो जेकर आपां इह 7-8 मिनट दी वीडियो सुनदिआं मन दे विच वाहिगुरु जी दा जाप करदे रहिए, तो किन्ना चंगा हो सकता है, साढ़े पता नहीं किन्ने माड़े कर्म कट्टे जा सकते हैं। क्योंकि साढ़े महापुरख जी सानू वार वार यह गल समझाते हैं कि साढ़े मुख दे विचों निकलिया होया एक वार दा वाहिगुरु साढ़े पता नहीं किन्ने माड़े कर्म कटवा सकता है, अते किन्ने चंगे कर्म बनवा सकता है। इस करके वाहेगुरु जी बोलण दा, वाहेगुरु जी लिखण दा, वाहेगुरु जी सुनण दा एक भी मौका साढ़े हथों जाना नहीं चाहिए। तो वीडियो सुनद्या सुनद्या अपने मन दे विच वाहेगुरु जी का जाप करते रहना है, क्योंकि उही समा सुहावना है, उही समा भागा वाला है, जिस समय दे विच सानू सतगुर सच्चे पातशाह याद आते हैं। बाकी दुनियावी काम धंधे दिन भर दियाँ, बाकी जो भी आप दिन भर दे विच काम कार करते हैं, जिंदगी दे विच उलझे फिरते हैं, ये किसी भी काम नहीं आना। असल कमाई आ नाम की कमाई, चंगे कर्मा की कमाई, यही साड़ी राहदारी आ, यही साढ़े नाल जानी आ, बाकी सब कुछ इत्थे दा इत्थे ही रह जाना है। इस करके हर एक वेला सानू संभालना चाहिदा है, जो भी मौका मिले बैठ के नाम जपण दा बैठ के नाम जप लेना चाहिदा है, जो भी मौका मिले तुरद्या फिरद्या उठद्या बहिंद्या सतगुर सच्चे पातशाह दा नाम जपना चाहिदा है। क्यों जपना चाहिदा है? क्योंकि सतगुर सच्चे पातशाह ने सानू ये पावर दित्ती आ। हुण देखो सब जूना दे विचों मनुखी जामा सानू मिलिया है, ਅਤੇ ਮਨੁੱਖੀ ਜਾਮਾ ਸਭ ਜੂਨਾਂ ਦਾ ਸਰਦਾਰ ਆ, ਸਾਨੂੰ ਸਰਦਾਰੀ ਦਿੱਤੀ ਆ। ਅਸੀਂ ਆਪਣੀ ਮਰਜ਼ੀ ਦਾ ਬੋਲ ਸਕਦੇ ਆ, ਮਰਜ਼ੀ ਦਾ ਸੁਣ ਸਕਦੇ ਆ, ਮਰਜ਼ੀ ਦਾ ਦੇਖ ਸਕਦੇ ਆ, ਮਰਜ਼ੀ ਦੇ ਨਾਲ ਕਿਤੇ ਵੀ ਆ ਜਾ ਸਕਦੇ ਆ, ਤਾਂ ਇਹ ਕਿੰਨੀ ਵੱਡੀ ਪਾਵਰ ਆ। ਪਰ ਕਦੇ ਆਪਾਂ ਸੋਚਿਆ ਕਿ ਆਪਾਂ ਇਸ ਪਾਵਰ ਦਾ ਕਦੇ ਵੀ ਸਹੀ ਇਸਤੇਮਾਲ ਕੀਤਾ? ਅਸੀਂ ਇਸ ਪਾਵਰ ਦਾ ਜਿੰਨਾ ਵੀ ਇਸਤੇਮਾਲ ਕਰਦੇ ਆ ਨਾ, ਗਲਤ ਇਸਤੇਮਾਲ ਕਰਦੇ ਆ। ਮਾੜੇ ਕੰਮ ਕਰਨ ਦੇ ਲਈ ਇਹਨਾਂ ਪਾਵਰਾਂ ਦਾ, ਇਹਨਾਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਆ, ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਪਾਵਰ ਇਸ ਕਰਕੇ ਦਿੱਤੀ ਸੀ ਤਾਂ ਜੋ ਅਸੀਂ ਆਪਣੇ ਮਾੜੇ ਕਰਮਾਂ ਨੂੰ ਸਵਾਰ ਸਕੀਏ, ਮਾੜੇ ਕਰਮਾਂ ਨੂੰ ਬਖਸ਼ਾ ਕੇ ਆਪਣਾ ਆਉਣ ਵਾਲਾ ਸਮਾਂ ਸਵਾਰ ਸਕੀਏ। ਪਰ ਅਸੀਂ ਤਾਂ ਇਸ ਪਾਵਰ ਦਾ ਗਲਤ ਇਸਤੇਮਾਲ ਕਰਕੇ ਮਾੜੇ ਕਰਮ ਤਾਂ ਕੀ ਘਟਾਉਣੇ ਸੀ, ਅਸੀਂ ਤਾਂ ਆਪਣਾ ਆਉਣ ਵਾਲਾ ਸਮਾਂ ਵੀ ਖਤਰੇ ਦੇ ਵਿੱਚ ਪਾ ਰਹੇ ਹਾਂ, ਇਹੋ ਜਿਹੇ ਕੰਮ ਕਰ ਰਹੇ ਹਾਂ। ਅਸੀਂ ਇੰਨੇ ਅਵੇਸਲੇ, ਇੰਨੇ ਬੇਫਿਕਰੇ ਹੋ ਕੇ ਬੈਠੇ ਹਾਂ ਵੀ ਜਿਵੇਂ ਸਾਨੂੰ ਕੁਝ ਪਤਾ ਹੀ ਨਹੀਂ ਆ। ਪਤਾ ਸਾਨੂੰ ਸਭ ਕੁਝ ਆ ਕਿ ਸਾਡੀ ਜਿਉਂ ਜਿਉਂ ਉਮਰ ਵੱਧ ਰਹੀ ਆ ਤਿਉਂ ਤਿਉਂ ਸਾਡੇ ਸਵਾਸਾਂ ਦੀ ਪੂੰਜੀ ਘੱਟ ਰਹੀ ਆ, ਪਰ ਅਸੀਂ ਉਸ ਕਬੂਤਰ ਦੇ ਵਾਂਗ ਅੱਖਾਂ ਮੀਚ ਕੇ ਬੈਠੇ ਹਾਂ ਜਿਹਨੂੰ ਲੱਗਦਾ ਵੀ ਮੇਰੇ ਅੱਖਾਂ ਮੀਟਣ ਦੇ ਨਾਲ ਖਤਰਾ ਟਲ ਜਾਵੇਗਾ, ਪਰ ਉਹ ਖਤਰਾ ਕਬੂਤਰ ਦੇ ਅੱਖਾਂ ਮੀਟਣ ਦੇ ਨਾਲ ਨਹੀਂ ਟਲਦਾ। ਉਹ ਸ਼ਿਕਾਰੀ ਜਿਹਨੂੰ ਦੇਖ ਕੇ ਕਬੂਤਰ ਨੇ ਅੱਖਾਂ ਮੀਟੀਆਂ ਸੀ, ਉਹ ਸ਼ਿਕਾਰੀ ਤਾਂ ਉਹਨੂੰ ਆਣ ਦਬੋਚਦਾ ਏ, ਬਸ ਉਸੇ ਤਰ੍ਹਾਂ ਆਪਣੇ ਨਾਲ ਹੋਣਾ ਏ। ਆਪਾਂ ਵੀ ਅੱਜ ਤਾਂ ਬੜਾ ਛੇਤੀ ਕਹਿ ਦਿੰਦੇ ਹਾਂ ਕਿ ਕੋਈ ਗੱਲ ਨਹੀਂ, ਕੱਲ੍ਹ ਕਿੰਨੇ ਵੇਖਿਆ ਹੈ, ਜਦੋਂ ਮੌਤ ਆਵੇਗੀ ਵੇਖੀ ਜਾਵੇਗੀ। ਪਰ ਜਦੋਂ ਉਹ ਵੇਲਾ ਆ ਗਿਆ ਨਾ, ਉਦੋਂ ਵੇਖਿਆ ਕੁਝ ਨਹੀਂ ਜਾਣਾ, ਉਦੋਂ ਤਾਂ ਬਸ ਸਿੱਧੀ ਸੁਣਵਾਈ ਹੋਣੀ ਆ, ਨਾ ਉੱਥੇ ਕੋਈ ਦਲੀਲ ਨਾ ਕੋਈ ਅਪੀਲ ਚੱਲਣੀ ਆ, ਸਿੱਧੀ ਸੁਣਵਾਈ ਹੁੰਦੀ ਆ। ਇਸ ਕਰਕੇ ਸਾਨੂੰ ਵਾਰ ਵਾਰ ਸਤਿਗੁਰ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਵਾਰ ਵਾਰ ਸਾਡੇ ਸੰਤ ਮਹਾਂਪੁਰਖ ਜੀ ਸਾਨੂੰ ਸੁਚੇਤ ਕਰਦੇ ਨੇ, ਸਾਡੇ ਸਿਆਣੇ ਬਜ਼ੁਰਗ ਸਾਨੂੰ ਸਮਝਾਉਂਦੇ ਆ ਕਿ ਮਨੁੱਖਾ ਜੋ ਵੀ ਤੂੰ ਕਰਮ ਕਮਾ ਰਿਹਾ ਹੈ ਨਾ, ਇਹਨਾਂ ਦਾ ਹੀ ਲੇਖਾ ਦੇਣਾ ਪੈਣਾ ਹੈ, ਇਹ ਸਾਡੇ ਅੱਜ ਦੇ ਕੀਤੇ ਹੋਏ ਕੰਮ ਹੀ ਸਾਡੇ ਕਰਮ ਨੇ। ਤਾਂ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਹੋਇਆਂ
ਆਪਾਂ ਚੰਗੇ ਕਰਮ ਕਮਾਉਨੇ ਆ ਜੋ ਵੀ ਆਪਾਂ ਅੱਜ ਕੰਮ ਕਰਦੇ ਆ ਨਾ ਉਹਦਾ ਲੇਖਾ ਜੋਖਾ ਕਰੀਏ ਕਿ ਮੈਂ ਕੈਸੇ ਕੈਸੇ ਕੰਮ ਕਰ ਰਿਹਾ ਹਾਂ ਕਿਤੇ ਇਹ ਕੰਮਾਂ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੋਂ ਨਾਰਾਜ਼ ਤਾਂ ਨਹੀਂ ਹੋ ਰਹੇ ਇਹ ਜਿਹੜਾ ਸਾਨੂੰ ਮਨੁੱਖੀ ਜਾਮਾ ਮਿਲਿਆ ਹੈ ਜੋ ਸਾਨੂੰ ਪਾਵਰ ਮਿਲੀ ਹੈ ਨਾ ਇਹਦੇ ਵਿੱਚ ਵੱਧ ਤੋਂ ਵੱਧ ਆਪਾਂ ਨਾਮ ਜਪਣਾ ਹੈ ਚੰਗੇ ਕਰਮ ਕਮਾਉਨੇ ਆ ਪਰ ਆਪਾਂ ਪਤਾ ਕੀ ਕਰਦੇ ਹਾਂ ਕਿਤੇ ਚੰਗੇ ਕਰਮਾਂ ਕਰਕੇ ਗੁਰੂ ਘਰੇ ਜਾਣ ਦਾ ਮੌਕਾ ਮਿਲ ਜਾਵੇ ਗੁਰਬਾਣੀ ਦਾ ਪਾਠ ਕਰਨ ਦਾ ਮੌਕਾ ਮਿਲ ਜਾਵੇ ਅਸੀਂ ਇਸ ਮੌਕੇ ਨੂੰ ਵੀ ਸਹੀ ਤਰ੍ਹਾਂ ਨਹੀਂ ਸੰਭਾਲ ਸਕਦੇ ਅਸੀਂ ਤਾਂ ਗੁਰੂ ਘਰ ਜਾਂਦਿਆਂ ਆਉਂਦਿਆਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਜਾਂਦੇ ਹਾਂ ਕਈ ਤਾਂ ਗੁਰੂ ਘਰ ਦੇ ਵਿੱਚ ਬੈਠ ਕੇ ਵੀ ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਣਗੇ ਜਾਂ ਫਿਰ ਇੱਕ ਦੂਸਰੇ ਦਾ ਹਾਲ ਚਾਲ ਪੁੱਛਦੇ ਰਹਿਣਾ ਕਈ ਤਾਂ ਫਿਰ ਕਿਸੇ ਦੀ ਬੁਰਾਈ ਕਰਨ ਤੋਂ ਨਿੰਦਿਆ ਚੁਗਲੀ ਕਰਨ ਤੋਂ ਵੀ ਪਰਹੇਜ਼ ਨਹੀਂ ਕਰਦੇ ਪਰ ਇਹ ਵੇਲਾ ਬੜਾ ਕੀਮਤੀ ਵੇਲਾ ਹੁੰਦਾ ਹੈ ਆਪਾਂ ਇਸ ਵੇਲੇ ਦੀ ਤਾਕਤ ਨੂੰ ਇਸ ਵੇਲੇ ਦੀ ਪਾਵਰ ਨੂੰ ਨਹੀਂ ਸਮਝਦੇ ਕਿਉਂਕਿ ਵੱਡੇ ਭਾਗਾਂ ਦੇ ਨਾਲ ਹੀ ਕੋਈ ਮਨੁੱਖ ਗੁਰੂ ਘਰੇ ਜਾਂਦਾ ਹੈ ਵੱਡੇ ਭਾਗਾਂ ਦੇ ਨਾਲ ਹੀ ਗੁਰਬਾਣੀ ਦਾ ਪਾਠ ਕਰ ਪਾਉਂਦਾ ਹੈ ਅਸੀਂ ਗੁਰਬਾਣੀ ਦਾ ਪਾਠ ਕਰਦਿਆਂ ਹੋਇਆਂ ਵੀ ਆਪਣੇ ਦੁਨਿਆਵੀ ਕੰਮ ਧੰਦਿਆਂ ਨੂੰ ਚੇਤੇ ਕਰਦੇ ਰਹਿੰਦੇ ਹਾਂ ਕਦੇ ਅਤੀਤ ਦੇ ਵਿੱਚ ਜਾ ਕੇ ਦੁਖੀ ਹੁੰਦੇ ਹਾਂ ਕਦੇ ਅਤੀਤ ਦੀਆਂ ਯਾਦਾਂ ਨੂੰ ਲੈ ਕੇ ਖੁਸ਼ ਹੁੰਦੇ ਰਹਿੰਦੇ ਹਾਂ ਪਾਠ ਕਰਦਿਆਂ ਵੀ ਸਾਡਾ ਮਨ ਟਿਕਦਾ ਨਹੀਂ ਆ ਜਦੋਂ ਅਸੀਂ ਚੰਗਾ ਕੰਮ ਕਰਨਾ ਹੁੰਦਾ ਹੈ ਗੁਰੂ ਦਾ ਕੰਮ ਕਰਨਾ ਹੈ ਤਾਂ ਗੁਰੂ ਦਾ ਕੰਮ ਕਰਦਿਆਂ ਗੁਰੂ ਨੂੰ ਯਾਦ ਕਰਦਿਆਂ ਸਾਡੇ ਸਾਰੇ ਦੁਨਿਆਵੀ ਧੰਦੇ ਨਾਲ ਨਾਲ ਰਹਿੰਦੇ ਨੇ ਸਾਡੇ ਮਾੜੇ ਖਿਆਲ ਸਾਡੇ ਨਾਲ ਨਾਲ ਰਹਿੰਦੇ ਨੇ ਪਰ ਕਦੇ ਵੀ ਆਪਣੇ ਦੁਨਿਆਵੀ ਕੰਮ ਧੰਦਿਆਂ ਕਰਦਿਆਂ ਆਪਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਨਾਲ ਰੱਖਿਆ ਹੈ ਨਹੀਂ ਨਾ ਆਪਦੇ ਦੁਨਿਆਵੀ ਕੰਮ ਧੰਦਿਆਂ ਨੂੰ ਤਾਂ ਅਸੀਂ ਬੜਾ ਮਨ ਲਾ ਕੇ ਕਰਦੇ ਹਾਂ ਵੀ ਕਿਤੇ ਊਚ ਨੀਚ ਨਾ ਹੋ ਜਾਵੇ ਪਰ ਜਦੋਂ ਗੁਰਬਾਣੀ ਦਾ ਪਾਠ ਕਰਨਾ ਤਾਂ ਬਸ ਸਾਡੇ ਕੋਲ ਬੜਾ ਸੋਹਣਾ ਬਹਾਨਾ ਹੈ ਕਿ ਕੀ ਕਰੀਏ ਪਾਠ ਦੇ ਵਿੱਚ ਮਨ ਨਹੀਂ ਜੁੜਦਾ ਪਰ ਸੱਚਮੁੱਚ ਆਪਣੇ ਆਪ ਨੂੰ ਪੁੱਛ ਕੇ ਦੇਖੀਏ ਕਿ ਆਪਾਂ ਆਪਣੇ ਮਨ ਨੂੰ ਗੁਰਬਾਣੀ ਦੇ ਵਿੱਚ ਜੋੜਨ ਦੇ ਲਈ ਅੱਜ ਤੱਕ ਕੀਤਾ ਕੀ ਆ ਬਸ ਜਲਦੀ ਜਲਦੀ ਪਾਠ ਕੀਤਾ ਸਮਾਪਤੀ ਕੀਤੀ ਅਤੇ ਇਹੋ ਰੱਟਾ ਲਾ ਛੱਡਿਆ ਵੀ ਕੀ ਕਰੀਏ ਗੁਰਬਾਣੀ ਦੇ ਵਿੱਚ ਮਨ ਹੀ ਨਹੀਂ ਜੁੜਦਾ ਗੁਰਬਾਣੀ ਦਾ ਪਾਠ ਕਰਨ ਦੇ ਲਈ ਟਾਈਮ ਹੀ ਨਹੀਂ ਮਿਲਦਾ ਗੁਰੂ ਘਰ ਜਾਣ ਦੇ ਲਈ ਸਮਾਂ ਹੀ ਨਹੀਂ ਮਿਲਦਾ ਪਰ ਜਿਸ ਦਿਨ ਬੁਲਾਵਾ ਆ ਗਿਆ ਇਹ ਸਾਰੇ ਕੰਮ ਧੰਦੇ ਇੱਥੇ ਛੱਡ ਕੇ ਜਾਣਾ ਪੈਣਾ ਹੈ ਉਦੋਂ ਮੌਕਾ ਨਹੀਂ ਮਿਲਣਾ ਇਹ ਤਾਂ ਹੁਣ ਹੀ ਮੌਕਾ ਹੈ ਜਿੰਨਾ ਸੰਭਾਲ ਲਿਆ ਸੰਭਾਲ ਲਿਆ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਆ ਕਿ ਹਰ ਸਾਹ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ ਕਿ ਪਾਤਸ਼ਾਹ ਕਿ ਪਿਛਲੇ ਮਾੜੇ ਕਰਮ ਬਖਸ਼ ਦਿਓ ਅਤੇ ਅੱਗੇ ਚੰਗੇ ਕਰਮ ਕਮਾਉਣ ਦੀ ਸੋਝੀ ਪਾਓ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਤੋਂ ਬਿਨਾਂ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਤਾਂ ਇਸ ਕਰਕੇ ਨਾ ਆਪਾਂ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਰਾਤ ਨੂੰ ਕਰਨਾ ਹੈ ਰਾਤ ਨੂੰ ਆਪਾਂ ਆਪਣੇ ਮਨ ਨੂੰ ਇਹ ਸਵਾਲ ਕਰਨੇ ਆ ਕਿ ਮਨਾ ਪੂਰੇ ਦਿਨ ਦੇ ਵਿੱਚ ਬਹੁਤ ਦੁਨਿਆਵੀ ਕੰਮ ਧੰਦੇ ਕੀਤੇ ਆ ਬੜੀ ਤੂੰ ਲੋਕਾਂ ਦੀ ਵਾਹ ਵਾਹ ਖੱਟੀ ਆ ਪਰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਹਾਸਲ ਕਰਨ ਦੇ ਲਈ ਕਿਹੜਾ ਕੰਮ ਕੀਤਾ ਹੈ ਕਿ ਕਿਸੇ ਰੋਂਦੇ ਹੋਏ ਨੂੰ ਹਸਾਇਆ ਹੈ ਕਿਸੇ ਲੋੜਵੰਦ ਦੀ ਕੋਈ ਮਦਦ ਕੀਤੀ ਆ ਗੁਰੂ ਘਰ ਗਿਆ ਸੀ ਗੁਰਬਾਣੀ ਦਾ ਪਾਠ ਪੜ੍ਹਿਆ ਸੀ ਜੇ ਗੁਰਬਾਣੀ ਦਾ ਪਾਠ ਪੜ੍ਹਿਆ ਸੀ ਤਾਂ ਗੁਰੂ ਦੇ ਦੱਸੇ ਅਨੁਸਾਰ ਚੱਲਿਆ ਸੀ ਕਿ ਨਹੀਂ ਚੱਲਿਆ ਰੋਜ਼ ਰੋਜ਼ ਰਾਤ ਨੂੰ ਆਪਾਂ ਆਪਣੇ ਮਨ ਨੂੰ ਇਹ ਸਵਾਲ ਕਰਨੇ ਆ ਕਿ ਦੱਸ ਮਨਾ ਅੱਜ ਪੂਰੇ ਦਿਨ ਦੇ ਵਿੱਚ ਕਿੰਨੀ ਵਾਰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਹੈ ਜਦੋਂ ਆਪਾਂ ਮਨ ਨੂੰ ਵਾਰ ਵਾਰ ਇਹ ਸਵਾਲ ਕਰਾਂਗੇ ਵਾਰ ਵਾਰ ਇਹਨੂੰ ਝਿੜਕਾਂਗੇ ਕਿ ਅੱਜ ਤੂੰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਨਹੀਂ ਕੀਤਾ ਕਿਉਂ ਨਹੀਂ ਕੀਤਾ ਤਾਂ ਦੇਖਣਾ ਇਹ ਮਨ ਆਪਣੇ ਆਪ ਟਿਕਾਣੇ 'ਤੇ ਲੱਗੇਗਾ ਇਹ ਮਨ ਆਪਣੇ ਆਪ ਗੁਰੂ ਚਰਨਾਂ ਦੇ ਨਾਲ ਲੱਗੇਗਾ ਅਸੀਂ ਆਪਣੇ ਮਨ ਨੂੰ ਢਿੱਲ ਦਿੱਤੀ ਆ ਵੀ ਜੋ ਤੇਰਾ ਦਿਲ ਕਰਦਾ ਤੂੰ ਕਰਦਾ ਫਿਰ ਰੋਜ਼ ਰੋਜ਼ ਆਪਾਂ ਆਪਣੇ ਮਨ ਨੂੰ ਸਵਾਲ ਕਰਨੇ ਆ ਰੋਜ਼ ਰੋਜ਼ ਆਪਣੀਆਂ ਗਲਤੀਆਂ ਬਾਰੇ ਜਾਣਨਾ ਹੈ ਕਿ ਮੈਂ ਪੂਰੇ ਦਿਨ ਦੇ ਵਿੱਚ ਕਿਹੜੀ ਕਿਹੜੀ ਗਲਤੀ ਕੀਤੀ ਆ ਜਦੋਂ ਰੋਜ਼ ਰੋਜ਼ ਇਹ ਕੰਮ ਕਰਾਂਗੇ ਤਾਂ ਅਗਲੇ ਦਿਨ ਸਾਡੀਆਂ ਗਲਤੀਆਂ ਦੇ ਵਿੱਚ ਸੁਧਾਰ ਹੋਵੇਗਾ ਉਸ ਤੋਂ ਅਗਲੇ ਦਿਨ ਉਸ ਤੋਂ ਵੀ ਜ਼ਿਆਦਾ ਹੋਵੇਗਾ ਇੰਝ ਕਰਦਿਆਂ ਕਰਦਿਆਂ ਸਾਡੇ ਮਾੜੇ ਕੰਮਾਂ ਦੀ ਗਿਣਤੀ ਘੱਟਦੀ ਜਾਵੇਗੀ ਅਤੇ ਚੰਗੇ ਕੰਮਾਂ ਦੀ ਗਿਣਤੀ ਵੱਧਦੀ ਜਾਵੇਗੀ ਤਾਂ ਹੋ ਸਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਨੂੰ ਤਰਸ ਆ ਜਾਵੇ ਕਿ ਇਹ ਇੰਨੀ ਕੋਸ਼ਿਸ਼ ਕਰ ਰਿਹਾ ਹੈ ਹੋ ਸਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਸਾਡੇ 'ਤੇ ਤਰਸ ਕਰਕੇ ਸਾਨੂੰ ਬਖਸ਼ ਲੈਣ ਅਤੇ ਫਿਰ ਆਓ ਦਿਨ ਭਰ ਦੇ ਕੰਮ ਕਾਰ ਕਰਕੇ ਨਿਬੇੜ ਕੇ ਰਾਤ ਨੂੰ ਸੌਣ ਲੱਗਿਆਂ ਆਪਣੇ ਬਿਸਤਰ ਦੇ ਉੱਪਰ ਜਾ ਕੇ ਆਪਣੇ ਮਨ ਨੂੰ ਪੁੱਛੀਏ ਕਿ ਮਨਾ ਸਵੇਰ ਤੋਂ ਲੈ ਕੇ ਹੁਣ ਤੱਕ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਕਿੰਨਾ ਕੁ ਯਾਦ ਕੀਤਾ ਹੈ ਜੇ ਪੂਰੇ ਦਿਨ ਦੇ ਵਿੱਚ ਨਹੀਂ ਯਾਦ ਕੀਤਾ ਸੀ ਤਾਂ ਫਿਰ ਰਾਤ ਨੂੰ ਸੌਣ ਵੇਲੇ ਜ਼ਰੂਰ ਯਾਦ ਕਰੀਏ ਅਤੇ ਆਪਣੇ ਗੁਰੂ ਅੱਗੇ ਅਰਦਾਸ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਅਤੇ ਅੰਮ੍ਰਿਤ ਵੇਲੇ ਦੇ ਨਿਤਨੇਮ ਦੀ ਦਾਤ ਬਖਸ਼ੋ ਕਿਉਂਕਿ ਜਦੋਂ ਸਵੇਰੇ ਉੱਠ ਕੇ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਲੈਂਦੇ ਹਾਂ ਨਾ ਤਾਂ ਫਿਰ ਸਾਡੇ ਮਾੜੇ ਕਰਮ ਕਰਨ ਦੀ ਗੁੰਜਾਇਸ਼ ਘੱਟ ਜਾਂਦੀ ਆ ਫਿਰ ਸਾਡੀ ਫਿਕਰ ਸਤਿਗੁਰ ਸੱਚੇ ਪਾਤਸ਼ਾਹ ਨੂੰ ਹੋ ਜਾਂਦੀ ਆ ਤਾਂ ਰਾਤ ਨੂੰ ਸੌਣ ਲੱਗਿਆ
गुरबाणी का पाठ करके सोना है। सब तो पहला कीर्तन सोहला साहब जी का पाठ करना है। जेकर नींद नहीं आ रही तो सतनाम वाहेगुरु जी, मूल मंत्र जी का जाप या फिर रखिया दे शब्द, ताती वाओ न लगे पार ब्रह्म सरनाई, चौगिर्द हमारे राम कार दुख लगे न पाई। जो इस शब्द का जाप करांगे तो किसी प्रकार का कोई डर भय भी नहीं लगता, नींद भी बड़ी सोहनी आती है।